ਸਟਾਮ ਬਿਲਕੁਲ ਜਿਵੇਂ ਛਾਪਲ ਕੇ ਵਹ ਜਾਂਦਾ ਕੋਈ ਇਸ ਤਰੀਕੇ ਨਾਲ ਛਾਪਲ ਕੇ ਬੈਠਿਆ ਪਰ ਬੈਠਣ ਹੀ ਦੇਵਾਂਗੇ ਜਦੋਂ ਕੋਈ ਜਿਵੇਂ ਇੱਕ ਮੈਂ ਤੁਹਾਨੂੰ ਕਹਾਵਤ ਦੱਸਾਂ ਜਿਵੇਂ ਗਿੱਦੜਮਾਰ ਜਦੋਂ ਸ਼ਾਹਾ ਛਾਪਲ ਜਾਂਦਾ ਨਾ ਫਿਰ ਗਿੱਦੜਮਾਰ ਕੱਢਦੇ ਨੂੰ ਖੱਟ ਦੇ ਵਿੱਚੋਂ ਉਹਦੇ ਮਗਰ ਕੁੱਤੇ ਪਾਉਂਦੇ ਨੇ ਸ਼ਿਕਾਰੀ ਪਾਉਂਦੇ ਨੇ ਕਦੇ ਉਹਦੇ ਖੋਦਾਂ ਮਾਰਦੇ ਨੇ ਇਹਦੇ ਖੋਦਾਂ ਮਾਰ-ਮਾਰ ਅਸੀਂ મોદી ਨੂੰ ਠਾ ਲਿਆਂਗੇ ਵੈਦੇ ਮੰਤਰੀ ਨੇ ਗੱਲ ਕਹਿਤੀ ਵੀ ਭੀੜ ਨਾਲ ਕੀ ਹੋਊਗਾ ਪਰ ਏਸੇ ਭੀੜਾਂ ਦੇ ਵਿੱਚੋਂ ਨਿਕਲੇ ਇਹ ਮੰਤਰੀ ਨੇਗੇ ਇਹ ਭੀੜਾਂ ਹੀ ਇਹਨਾਂ ਨੂੰ ਦੱਸਣ ਗਿਆ ਵੀ ਰਾਜ ਕਰਨ ਵਾਲੇ ਲੋਕਾਂ ਨੂੰ ਕਿਵੇਂ ਕੰਟਰੋਲ ਦੇ ਵਿੱਚ ਕਰ ਸਕਦੀ ਹੈ ਸਾਡੀ ਜਨਤਾ ਏਕੇ ਦੇ ਵਿੱਚ ਵੱਡਾ ਬਾਲ ਹੈਗਾ ਦੇਖ ਰਹੇ ਹਾਂ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਔਰਤ ਦਿਵਸ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਨੇ ਟਿਕਰੀ ਬਾਰਡਰ ਤੇ ਅਸੀਂ ਮੌਜੂਦ ਹਾਂ ਟਿਕਰੀ ਬਾਰਡਰ ਤੇ ਪਹੁੰਚੇ ਹੋયા ਤੁਹਾਨੂੰ ਤਸਵੀਰਾਂ ਸਿੱਧੀਆਂ ਦਿਖਾਉਂਦੇ ਆ ਕਿ ਜਿੱਥੇ ਵੱਡਾ ਪੰਡਾਲ ਲੱਗਿਆ ਵੱਡਾ ਟੈਂਟ ਲੱਗਿਆ ਅਨੁਮਾਨ ਆ ਕਿ ਵੱਡੀ ਗਿਣਤੀ ਚ ਔਰਤਾਂ ਨੇ ਪਹੁੰਚਣਾ ਔਰਤ ਦਿਵਸ ਮਨਾਉਣਾ ਤਿਆਰੀਆਂ ਮੁਕੰਮਲ ਚੱਲ ਰਹੀਆਂ ਨੇ ਪੂਰੀਆਂ ਤਿਆਰੀਆਂ ਚੱਲ ਰਹੀਆਂ ਨੇ ਔਰਤ ਦਿਵਸ ਮਨਾਉਣ ਲਈ ਤੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਵੱਡੀ ਗਿਣਤੀ ਵਿੱਚ ਔਰਤਾਂ ਪਹੁੰਚਣੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਟਰਾਲੀਆਂ ਆ ਰਹੀਆਂ ਨੇ ਬੱਸਾਂ ਆ ਰਹੀਆਂ ਨੇ ਟਰੱਕ ਆ ਰਹੇ ਨੇ ਔਰਤਾਂ ਦੇ ਭਰ ਭਰ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਗਰੁੱਪ ਦੀ ਸਟੇਜ ਲੱਗੀ ਹੋਈ ਹੈ ਇੱਥੇ ਤੁਹਾਨੂੰ ਜਾਣਕਾਰੀ ਦਈਏ ਕਿ ਪਕ ਚੌਕ ਟਿਕਰੀ ਬਾਰਡਰ ਤੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਈਆਂ ਨੇ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਆਗੂ ਹਰਜੀਤ ਸਿੰਘ ਘਰਾਚੋ ਮੌਜੂਦ ਨੇ ਹਰਜੀਤ ਸਿੰਘ ਮਹਿਲਾ ਚੌਕ ਮੌਜੂਦ ਨੇ ਹਰਜੀਤ ਜੀ ਕਿਵੇਂ ਦੇਖਦੇ ਹੋ ਕਿੰਨਾ ਕੀ ਇਕੱਠ ਹੋਣ ਵਾਲਾ ਔਰਤ ਦਿਵਸ ਤੇ ਲਗਭਗ 1.5 ਲੱਖ ਦਾ ਸਾਡਾ ਅਨੁਮਾਨ ਹੈਗਾ ਵੀ 1.5 ਲੱਖ ਔਰਤ ਆਉਣੀ ਹੈਗੀ ਬਹੁਤ ਵੱਡੇ ਪ੍ਰਬੰਧ ਨੇਗੇ ਬਹੁਤ ਵੱਡੇ ਪ੍ਰਬੰਧਾਂ ਦੇ ਜਿਹੜੇ ਪਿੰਡਾਂ ਦੇ ਵਿੱਚ ਚਾਰੇ ਵੱਡੇ ਪ੍ਰਬੰਧ ਨੇਗੇ ਜੇ ਮੈਂ ਤੁਹਾਨੂੰ ਅੱਜ ਆਪਣੇ ਨਗਰ ਦੀ ਗੱਲ ਦੱਸਾਂ ਮੇਰੇ ਨਗਰ ਦੇ ਵਿੱਚੋਂ ਦੋ ਬੱਸਾਂ ਤੇ ਇੱਕ ਟਰੱਕ ਆ ਰਿਹਾ ਜਿਹਦਾ ਕਿਰਾਇਆ 50000 ਰੁਪਏ ਬਣਦਾ ਹੈਗਾ ਅੱਜ ਦਾ ਖਰਚਾ ਮੇਰਾ 50000 ਰੁਪਏ ਮੇਰੇ ਕੱਲੇ ਪਿੰਡ ਦਾ ਹੈਗਾ ਤੇ ਤੁਸੀਂ ਵੱਡੇ ਖਰਚ ਕਰਕੇ ਲੋਕਾਂ ਨੇ ਇਸ ਦਿਲ ਖੋਲ ਤੇ ਸਾਡੀਆਂ ਮਾਈਆਂ ਨੇ 18000 ਰੁਪਏ ਇਕੱਠਾ ਕਰਕੇ ਹੱਥ 'ਚ ਫੜਾਤਾ ਸਾਨੂੰ ਵੀ ਆ ਤੁਸੀਂ ਵਰਤੋ ਇਹ ਪੈਸੇ ਨੂੰ ਬਹੁਤ ਲੋਕਾਂ ਦਾ ਉਤਸ਼ਾਹ ਆ ਵੱਡਾ ਬਹੁਤ ਵੱਡਾ ਕੱਲ ਨੂੰ ਕਾਫਲਾ ਜੁੜਨਾ ਹੈਗਾ ਤੇ ਵੱਡੇ ਪ੍ਰਬੰਧ ਚੱਲ ਰਹੇ ਨੇ ਉਹਦੇ ਵਾਸਤੇ ਸਾਰੇ ਬਹੁਤ ਪ੍ਰਬੰਧ ਠੀਕ ਹੈ ਠੀਕ ਹੈ ਤੁਹਾਨੂੰ ਕੀ ਲੱਗਦਾ ਪੈਟਰੋਲ ਡੀਜ਼ਲ ਦੇ ਰੇਟ ਕਿੱਥੇ ਚਲੇ ਗਏ ਨੇ ਕਿੰਨੇ ਮਹਿੰਗੇ ਖਰਚ ਕਰ ਰਹੇ ਹੋ ਤੁਸੀਂ ਤੇ ਸਰਕਾਰ ਚੁੱਪਚਾਪ ਆ ਮੀਟਿੰਗਾਂ ਪਹਿਲਾਂ ਹੋਈਆਂ ਹੁਣ ਗੱਲਬਾਤ ਰੁਕੀ ਹੋਈ ਆ ਕੋਈ ਗੱਲਬਾਤ ਨਹੀਂ ਹੋਈ ਕਿਵੇਂ ਦੇਖ ਦਿਓ ਸਰਕਾਰ ਇਸ ਟਾਈਮ ਬਿਲਕੁਲ ਜਿਵੇਂ ਛਾਪਲ ਕੇ ਵਹਿੰਦੇ ਕੋਈ ਇਸ ਤਰੀਕੇ ਨਾਲ ਛਾਪਲ ਕੇ ਬੈਠੀ ਆ ਪਰ ਬੈਠਣ ਹੀ ਨਹੀਂ ਦੇਵਾਂਗੇ ਜਦੋਂ ਕੋਈ ਜਿਵੇਂ ਇੱਕ ਮੈ ਤੁਹਾਨੂੰ ਕਹਾਵਤ ਦੱਸਾਂ ਜਿਵੇਂ ਗਿੱਦੜ ਮਾਰ ਜਦੋਂ ਸ਼ਾਹ ਛਾਪਲ ਜਾਂਦਾ ਨਾ ਫਿਰ ਗਿੱਦੜ ਮਾਰ ਕੱਢਦੇ ਨੂੰ ਖੱਟ ਦੇ ਵਿੱਚੋਂ ਉਹਦੇ ਮਾਗਰ ਕੁੱਤੇ ਪਾਉਂਦੇ ਨੇ ਸ਼ਿਕਾਰੀ ਪਾਉਂਦੇ ਨੇ ਕਦੇ ਉਹਦੇ ਖੋਦਾ ਮਾਰਦੇ ਨੇ ਇਹਦੇ ਖੋਦਾ ਮਾਰ ਮਾਰ ਅਸੀਂ ਮੋਦੀ ਨੂੰ ਉਠਾ ਲਿਆਂਗੇ ਇਹਨੂੰ ਕੱਢਾਂਗੇ ਬਾਹਰ ਜਿਹੜੇ ਝਾੜਾਂ ਦੇ ਵਿੱਚ ਛੁਪਿਆਗਾ ਜਿਵੇਂ ਇਸ ਟਾਈਮ ਪੂਰੀ ਦੁਨੀਆ ਦੇ ਵਿੱਚ ਤੇ ਤਰਥੱਲੀ ਮੱਚੀ ਪਈ ਆ ਐਸ ਕਿਸਾਨ ਅੰਦੋਲਨ ਵਾਸਤੇ ਵੀ ਆ ਕਿਸਾਨ ਬੈਠੇ ਨੇ ਛੜਕਾਂ ਦੇ ਉੱਤੇ ਕਿਉਂ ਨਹੀਂ ਗੱਲ ਸੁਣੀ ਜਾਂਦੀ ਆ ਫੋਰਨ ਕੰਟਰੀਆਂ ਦੇ ਲੋਕ ਹਮਾਇਤ ਦੇ ਵਿੱਚ ਆਏ ਨੇਗੇ ਮਤਲਬ ਕੋਈ ਇਹ じゃ ਕੋਈ ਪਰਿਵਾਰ ਨਹੀਂ ਹੈਗਾ ਜਿਹੜਾ ਐਸਾ ਅੰਦੋਲਨ ਦੀ ਹਮਾਇਤ ਨਹੀਂ ਕਰ ਰਿਹਾ ਕੋਈ ਸਟੇਟ ਨਹੀਂ ਹੈਗੀ ਕੋਈ ਐਸ ਟਾਈਮ ਮਤਲਬ ਮੁਲਖ ਨਹੀਂ ਰਿਹਾ ਬਾਰਲੇ ਮੁਲਕਾਂ ਦੇ ਵਿੱਚ ਵੀ ਵੱਡੀਆਂ ਹਮਾਇਤਾਰੀ ਹੈਗੀ ਇਸ ਅੰਦੋਲਨ ਵਾਸਤੇ ਪਰ ਹਰਜੀਤ ਜੀ ਗੱਲ ਉੱਥੀ ਆ ਖੇਤੀ ਮੰਤਰੀ ਤੋਮਰ ਕਹਿ ਰਹੇ ਨੇ ਕਿ ਭੀੜ ਇਕੱਠੀ ਕਰ ਰਹੇ ਨੇ ਕਿਸਾਨਾਂ ਭੀੜਾਂ ਹੋ ਰਹੀਆਂ ਨੇ ਕਿ ਭੀੜ ਨਾਲ ਕਾਨੂੰਨ ਵਾਪਸ ਨਹੀਂ ਹੋਣੇ ਗੱਲਬਾਤ ਨਾਲ ਹੋਣੇ ਨੇ ਭੀੜਾਂ ਨੂੰ ਮਤਲਬ ਇਗਨੋਰ ਮਾਰਿਆ ਉਹਨਾਂ ਨੇ ਕਿਵੇਂ ਦੇਖੋਗੇ ਦੇਖੋ ਜੀ ਉਹ ਲੋਕਾਂ ਨੂੰ ਮਤਲਬ ਬਗੜਾਣਾ ਚਾਹੁੰਦੇ ਨੇਗੇ ਲੋਕਾਂ ਨੂੰ ਮਤਲਬ ਆ ਚਾਹੁੰਦੇ ਨੇ ਵੀ ਇਹ ਭੀੜ ਦੇ ਵਿੱਚੋਂ ਕੀ ਬਣੂਗਾ ਕੁਝ ਜਿਹੜੇ ਮਤਲਬ ਛੋਟੇ ਦਿਲ ਦੇ ਲੋਕ ਹੁੰਦੇ ਨੇ ਉਹ ਇਸ ਗੱਲ ਨੂੰ ਮੰਨ ਵੀ ਲੈਂਦੇ ਨੇਗੇ ਵੀ ਯਾਰ ਹਾਂ ਵਾਡੇ ਮੰਤਰੀ ਨੇ ਗੱਲ ਕਹਿਤੀ ਵੀ ਭੀੜ ਨਾਲ ਕੀ ਹੋਊਗਾ ਪਰ ਇਸੇ ਭੀੜਾਂ ਦੇ ਵਿੱਚੋਂ ਨਿਕਲੇ ਇਹ ਮੰਤਰੀ ਨੇਗੇ ਐਸੇ ਭੀੜਾਂ ਜਦੋਂ ਇਹ ਵੋਟਾਂ ਲੈਣ ਆਉਂਦੇ ਨੇ ਉਦੋਂ ਇਹ ਭੀੜਾਂ ਇਕੱਠੀਆਂ ਕਰਦੇ ਨੇਗੇ ਤਾਂ ਹੀ ਇਹ ਫੇਰ ਮੰਤਰੀ ਬਣ ਕੇ ਲੋਕਾਂ ਦੇ ਉੱਤੇ ਮਤਲਬ ਰਾਜ ਕਰਦੇ ਨੇ ਲੋਕਾਂ ਨੂੰ ਮਤਲਬ ਤਸ਼ੱਦਦ ਕਰਦੇ ਨੇ ਲੋਕਾਂ ਦੇ ਉੱਤੇ ਰਾਜ ਨਹੀਂ ਕਹਿ ਸਕਦੇ ਇਹ ਜ਼ੁਲਮ ਕਰਦੇ ਨੇ ਇਹ ਲੋਕਾਂ ਦੇ ਉੱਤੇ ਇਸ ਕਰਕੇ ਇਹ ਭੀੜਾਂ ਹੀ ਇਹਨਾਂ ਨੂੰ ਦੱਸਣ ਗਿਆ ਵੀ ਰਾਜ ਕਰਨ ਵਾਲੇ ਲੋਕਾਂ ਨੂੰ ਕਿਵੇਂ ਕੰਟਰੋਲ ਦੇ ਵਿੱਚ ਕਰ ਸਕਦੀ ਹੈ ਸਾਡੀ ਜਨਤਾ ਏਕੇ ਦੇ ਵਿੱਚ ਵੱਡਾ ਬਾਲ ਹੈਗਾ ਕਹਾਣੀਆਂ ਸੁਣੀਆਂ ਨੇਗੀਆਂ ਜਦੋਂ ਇੱਕ ਕਬੂਤਰ ਵਾਲੀ ਕਹਾਣੀ ਹੈ ਕੱਲਾ ਕਬੂਤਰ ਜ਼ੋਰ ਮਾਰਦਾ ਨਹੀਂ ਕੁਛ ਬਣਦਾ ਹੈਗਾ ਨਾ ਜਾਲ ਪੱਟ ਚੱਕ ਸਕਦੇ ਨੇ ਤੇ ਨਾ ਹੀ ਉਹ ਮਤਲਬ ਉੱਡ ਸਕਦੇ ਨੇ ਜਦੋਂ ਉਹਨਾਂ ਦੇ ਵਿੱਚੋਂ ਕੋਈ ਬੁੱਢਾ ਸਿਆਣਾ ਕਬੂਤਰ ਕਹਿੰਦਾ ਵੀ ਇਕੱਠੇ ਜ਼ੋਰ ਮਾਰੋ ਤਾਂ ਉਹ ਸਣੇ ਜਾਲ ਚੱਕ ਕੇ ਲੈ ਜਾਂਦੇ ਨੇ ਇਹ ਇਸ ਟਾਈਮ ਜਿਹੜੇ ਸਾਡੇ ਕਿਸਾਨ ਆਗੂ ਨੇ ਉਸੇ ਸਿਆਣੇ ਕਬੂਤਰਾਂ ਦੀ ਤਰ੍ਹਾਂ ਇਹ ਸਿਆਣੇ ਆਗੂ ਨੇ ਸਾਡੇ ਸਾਰਾ ਕੁਝ ਪੱਟ ਕੇ ਲੈ ਜਾਣਗੇ ਮੋਦੀ ਸਰਕਾਰ ਦਾ ਮੋਦੀ ਸਰਕਾਰ ਨੂੰ ਜਮ੍ਹਾਂ ਖੂੰਜੇ ਲਾ ਦੇਵਾਂਗੇ ਜਿਵੇਂ ਪੰਜਾਬ ਚੋਂ ਲਾਤੀ ਹਰਿਆਣਾ ਚੋਂ ਲਾਤੀ ਰਾਜਸਥਾਨ ਚੋਂ ਲਾਤੀ ਸਾਰੀਆਂ ਸਟੇਟਾਂ ਦੇ ਵਿੱਚ ਉਹਨੂੰ ਖੂੰਜੇ ਲਾ ਦੇਵਾਂਗੇ ਬੀਜੇਪੀ ਨੂੰ ਤੁਹਾਨੂੰ ਕੀ ਲੱਗਦਾ ਸਿਲੰਡਰ ਦਾ ਰੇਟ ਅੱਜ ਪੈਟਰੋਲ ਦਾ ਰੇਟ ਡੀਜ਼ਲ ਦਾ ਰੇਟ ਸਿਲੰਡਰ ਪਹਿਲਾਂ ਫ੍ਰੀ ਵੰਡੇ ਗਏ ਗਰੀਬਾਂ ਨੂੰ ਹੁਣ ਜਦ ਕੇ ਲੋਡ ਬੰਦਾ ਨੂੰ ਲੋਡ ਅਨੁਸਾਰ ਸਿਲੰਡਰ ਦੀ ਲੋਡ ਆ ਪਰ ਰੇਟ ਕਿੱਥੇ ਚਲਿਆ ਗਿਆ ਸਬਸਿਡੀ ਜਿਹੜੀ 250 300 ਹੁੰਦੀ ਸੀ ਉਹ 10 15 ਰੁਪਏ ਤੇ ਆ ਗਈ ਕਿਵੇਂ ਦੇਖਦੇ ਹੋ ਕਿ ਪਹਿਲਾਂ ਤਾਂ ਵੰਡੇ ਉਸ ਤੋਂ ਬਾਅਦ ਇਹੋ ਜਿਹਾ ਜਾਲ ਪਾਇਆ ਵੀ ਮਹਿੰਗਾਈ ਇੰਨੀ ਵਧਾਤੀ ਇਹ ਚੀ ਦੇਖੋ ਜੀ ਮਹਿੰਗਾਈ ਦੀ ਤਾਂ ਕੋਈ ਮਤਲਬ ਕੰਟਰੋਲ ਰਹੀ ਨਹੀਂ ਹੈਗਾ ਮਹਿੰਗਾਈ ਦਾ ਕੰਟਰੋਲ ਕਿਉਂ ਨਹੀਂ ਰਹਾ ਸਾਰਾ ਕੁਝ ਪ੍ਰਾਈਵੇਟ ਕੰਪਨੀਆਂ ਦਾਗਾ ਜਦੋਂ ਸਾਰਾ ਕੁਝ ਪ੍ਰਾਈਵੇਟ ਕੰਪਨੀਆਂ ਦਾ ਹੈ ਵਪਾਰੀਆਂ ਦੇ ਹੱਥ ਚ ਜਾਂਦਾ ਵਪਾਰੀ ਮਰਜ਼ੀ ਨਾਲ ਚੀਜ਼ ਦਿੰਦੇ ਨੇਗੇ ਇਸ ਕਰਕੇ ਮਹਿੰਗਾਈ ਦੀ ਦਰ ਵੱਧ ਰਹੀ ਹੈ ਪਹਿਲਾਂ ਇਹਨਾਂ ਨੇ ਤੇਲ ਸਾਰਾ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਇਹ ਸਰਕਾਰ ਨਿਕਲ ਗਈ ਇਸ ਕਰਕੇ ਜਦੋਂ ਸਰਕਾਰ ਨਿਕਲ ਗਈ ਇਹਦੇ ਵਿੱਚੋਂ ਤਾਂ ਸਾਰਾ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਰੋਜ਼ 10 ਪੈਸੇ 50 ਪੈਸੇ 20 ਪੈਸੇ ਵਧਾਉਂਦੀਆਂ ਨੇ ਲੋਕਾਂ ਨੂੰ ਨਹੀਂ ਪਤਾ ਲੱਗਦਾ 10 ਪੈਸੇ 20 ਪੈਸੇ ਨਾਲ ਪਹਿਲਾਂ ਜਦੋਂ ਸਰਕਾਰ ਮਹੀਨਿਆਂ ਪਿਛੋਂ ਰੇਟ ਵਧਦੇ ਹੁੰਦੇ ਸੀਗੇ ਪਹਿਲਾਂ ਰੋਜ਼ ਰੇਟ ਨਹੀਂ ਵਧਦੇ ਸੀਗੇ ਤਾਂ ਜਦੋਂ 2 ਰੁਪਏ ਕਿਤੇ ਵੱਧ ਜਾਂਦਾ ਹਾਹਾਕਾਰ ਮੱਚ ਜਾਂਦੀ ਲੋਕਾਂ ਦੇ ਵਿੱਚ ਇਸ ਟਾਈਮ 15 ਰੁਪਏ ਵੱਧ ਜਾਂਦਾ ਹੈ ਲੋਕ ਰੋਜ਼ ਮਹੀਨੇ ਦੇ ਵਿੱਚ ਜੇ ਆਪਾਂ ਔਸਤ ਬਣਾਈਏ 15-15 ਰੁਪਏ ਮਹੀਨੇ ਬਧੇ ਮਹੀਨੇ ਦੇ ਵਿੱਚ ਤੇਲ ਤੇ ਰਸੋਈ ਗੈਸ ਦਾ ਵੀ ਉਹੀ ਹਾਲ ਹੈਗੀ ਇਸ ਕਰਕੇ ਆਮ ਲੋਕਾਂ ਜੀਣਾ ਦੁ ਜੀਣਾ ਦੁਸ਼ਵਰ ਹੋਇਆ ਪਿਆਗਾ ਬਹੁਤ ਜੀਣਾ ਮੁਸ਼ਕਲ ਹੈਗਾ ਇਸ ਕਰਕੇ ਅਸੀਂ ਸੋਡੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਭਰਾਓ ਇਹ ਇਕੱਲੇ ਕਿਸਾਨਾਂ ਦਾ ਮਸਲਾ ਨਹੀਂ ਹੈਗਾ ਇਹ ਸਾਰੀ ਆਵਾਮ ਦਾ ਮਸਲਾ ਹੈ ਇਹ ਸਾਰੇ ਲੋਕਾਂ ਦਾ ਮਸਲਾ ਹੈ ਇਹਦੇ ਵਿੱਚ ਦੁਕਾਨਦਾਰ ਗਰੀਬ ਮਜ਼ਦੂਰ ਵਪਾਰੀ ਆੜਤੀਆ ਮੁਨੀਮ ਸਾਰਿਆਂ ਦਾ ਮਸਲਾ ਹੈਗਾ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪਊਗਾ ਇਹ ਮਸਲਾ ਨਹੀਂ ਜੇ ਅਸੀਂ ਇਕੱਲੇ-ਕੱਲਿਆਂ ਨੂੰ ਇਹ ਸਾਨੂੰ ਸਾਰਿਆਂ ਨੂੰ ਇਹ ਜਿਹੜੀ ਹਕੂਮਤ ਹੈਗੀ ਮਾ ਅੰਦੋਤ ਤੇ ਤੁਲੀ ਹੋਈ ਹੈ ਜੇ ਆਪਾਂ ਸਾਰੇ ਇਕੱਠੇ ਹੋ ਕੇ ਇਸ ਟਾਈਮ ਆ ਸਰਕਾਰ ਨੂੰ ਟੱਕਰ ਦੇਵਾਂਗੇ ਤਾਂ ਇਹ ਤੰਨੇ ਕਾਨੂੰਨ ਵਾਪਸ ਹੋਣਗੇ ਨਾਲੇ ਇਹਨੂੰ ਆਉਣ ਵਾਲੇ ਜਿਹੜੇ ਨਿਰੋਜ ਨਿਤ ਨਵੇਂ ਕਾਨੂੰਨ ਬਣਾਉਂਦਾ ਉਹਨਾਂ ਵਾਸਤੇ ਵੀ ਨੱਥ ਪਾਵਾਂਗੇ ਇਹਨੂੰ ਬਾਕੀ ਰੂਪਰੇਖਾ ਕਿਵੇਂ ਚੱਲ ਰਹੀ ਹੈ ਤੁਹਾਡੀ ਕਿੰਨਾ ਕੁ ਲੰਮਾ ਸਮਾਂ ਐਵੇਂ ਚੱਲੀ ਜਾਊਗਾ ਸਾਡਾ ਤਾਂ 2024 ਤੱਕ ਦਾ ਅਨੁਮਾਨ ਮੰਨ ਕੇ ਚੱਲਿਆ ਸੀ 2024 ਤੱਕ ਦੀ ਮੋਦੀ ਦੀ ਸਰਕਾਰ ਹੈਗੀ ਜਿੰਨਾ ਚਿਰ ਅਸੀਂ ਇਹਨੂੰ ਜੇ ਇਹ ਕਾਨੂੰਨ ਵਾਪਸ ਨਹੀਂ ਲੈਂਦਾ ਜਿੰਨਾ ਚਿਰ ਇਹ ਚੱਲੂਗਾ ਉਹਨਾਂ ਚਿਰ ਚਲਾਵਾਂਗੇ ਚਾਹੇ 2024 ਆ ਜਾਏ ਉਦੋਂ ਤੱਕ ਬੈਠੇ ਰਹਾਂਗੇ ਅਸੀਂ ਸੋ ਭਾਰਤੀ ਕਿਸਾਨ ਜੁਨੀ ਨੂੰ ਉਗਰਾਹਾਂ ਦਾ ਕਹਿਣਾ ਕਿ ਜਿੰਨਾ ਮਰਜੀ ਸਮਾਂ ਲੱਗ ਜੇ ਅਸੀਂ ਚੱਲਦੇ ਰਹਾਂਗੇ ਪ੍ਰਦਰਸ਼ਨ ਕਰਦੇ ਰਹਾਂਗੇ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਤੁਹਾਨੂੰ ਤਸਵੀਰਾਂ ਸਿੱਧੀਆਂ ਦਿਖਾਈਆਂ ਨੇ ਟਿਕਰੀ ਬਾਰਡਰ ਦੀਆਂ ਜਿੱਥੇ ਮਹਿਲਾ ਦਿਵਸ ਮਨਾਉਣਾ ਤਿਆਰੀਆਂ ਮੁਕੰਮਲ ਹੋ ਰਹੀਆਂ ਨੇ ਚੱਲ ਰਹੀਆਂ ਨੇ ਤਸਵੀਰਾਂ ਸਿੱਧੀਆਂ ਤੁਸੀਂ ਦੇਖ ਸਕਦੇ ਹੋ ਆਗੂਆਂ ਨਾਲ ਗੱਲ ਵੀ ਕੀਤੀ ਆ ਗੱਲ ਕੀਤੀ ਆ ਕਿ ਇਹ ਕਾਨੂੰਨ ਰੱਦ ਕਰਵਾ ਕੇ ਹੀ ਅਸੀਂ ਘਰ ਵਾਪਸ ਪਰਤਾਂਗੇ ਗੁਰਵਿੰਦਰ ਰੋਮੀ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ